ਫਿਰ ਗੱਲਾਂ ਕਰਦੇ ਸੀਗੇ। ਚੰਗੇ ਬੜੇ ਆਇਆ ਮੈਨੂੰ ਕਹਿੰਦਾ ਮੈਨੂੰ ਨਾ ਦਾਖਲ ਕਰਾ ਦੇ, ਲੱਤਾਂ ਮਾਵਾਂ ਬਹੁਤ ਦੁਖਦੀਆਂ। ਇਹ ਜਦੋਂ ਗਲੂਕੋਸ਼ ਲਾਉਣ ਆਏ ਨਾ, ਜਦੋਂ ਟੈਸਟ ਕਰਨ ਆਏ ਡਾਕਟਰ ਆਇਆ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਇਹਨਾਂ ਨੇ ਨਾ ਪੀਤੀ ਆ। ਕਹਿੰਦਾ ਕੋਈ ਗੱਲ ਨਹੀਂ, ਤੁਸੀਂ ਟੈਨਸ਼ਨ ਨਾ ਲਓ, ਇਹਨਾਂ ਨੇ ਟੀਕਾ ਲਾਇਆ। ਕਦੋਂ ਮੇਰਾ ਹੱਥ ਨੀਲਾ ਫਿਰਦਾ, ਇਹਦਾ ਹੱਥ ਲਮਕਦਾ, ਮੈਂ ਕਿਹਾ ਉੱਪਰ ਰੱਖਦਾ, ਜਾਨੂੰ ਹੱਥ ਦੇਖਿਆ ਤਾਂ ਨੀਲਾ ਫਿਰ ਗਿਆ। ਡਾਕਟਰ ਨੂੰ ਬੁਲਾਇਆ ਤਾਂ ਕਹਿੰਦੇ ਹੈ ਭਾਜੀ ਕੁਝ ਵੀ ਨਹੀਂ, ਠੀਕ ਠੀਕ ਸੀਗਾ। ਚੰਗੇ ਭਲੇ ਬੈਠੇ ਇਹਨਾਂ ਕੋਲ ਗੱਲਾਂ ਕਰਦੇ ਸੀਗੇ। ਚੰਗੇ ਭਲੇ ਆਇਆ ਮੈਨੂੰ ਕਹਿੰਦਾ ਮੈਨੂੰ ਨਾ ਦਾਖਲ ਕਰਾ ਦੇ, ਲੱਤਾਂ ਮਾਵਾਂ ਬਹੁਤ ਦੁਖਦੀਆਂ। ਘਰੇ ਗਲੂਕੋਸ਼ ਲਵਾਉਂਦੇ ਰਹੇ 3 ਦਿਨ, ਮੈਂ ਕਿਹਾ ਚੱਲ ਤੈਨੂੰ ਫਰਕ ਨਹੀਂ ਪੈਂਦਾ, ਮੈਂ ਕਿਹਾ ਚੱਲ ਤੈਨੂੰ ਦਾਖਲ ਕਰਾ ਦਾਂ। ਇੱਕ ਵੈਗ ਲੱਗਿਆ ਸੀ, ਹੋਰ ਵੱਧ ਨਹੀਂ ਪੀਤੀ ਸੀ, ਵੀ ਅਸੀਂ ਕਹੀਏ ਜ਼ਿਆਦਾ ਪੀਤੀ। ਨਹਾ ਧੋ ਕੇ ਆਇਆ, ਇਹਨਾਂ ਨੂੰ ਆ ਕੇ ਮੈਂ ਦੱਸਿਆ, ਮੈਂ ਕਿਹਾ ਇਹਨੂੰ ਇੱਦਾਂ ਇੱਦਾਂ ਹੁੰਦਾ, ਲੱਤਾਂ ਬਾਹਾਂ ਬਹੁਤ ਦੁਖਦੀਆਂ, ਗੁੱਸਾ ਬਹੁਤ ਚੜ੍ਹਦਾ। ਕਹਿੰਦੇ ਅਸੀਂ ਹੈਂਡਲ ਕਰ ਲਾਂਗੇ, ਤੁਸੀਂ ਟੈਨਸ਼ਨ ਨਾ ਲਓ। ਇਹ ਜਦੋਂ ਗਲੂਕੋਸ਼ ਲਾਉਣ ਆਏ ਨਾ, ਜਦੋਂ ਟੈਸਟ ਕਰਨ ਆਏ ਡਾਕਟਰ ਆਇਆ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਇਹਨਾਂ ਨੇ ਨਾ ਪੀਤੀ ਆ। ਕਹਿੰਦਾ ਕੋਈ ਗੱਲ ਨਹੀਂ, ਤੁਸੀਂ ਟੈਨਸ਼ਨ ਨਾ ਲਓ, ਇਹਨਾਂ ਨੇ ਟੀਕਾ ਲਾਇਆ। ਅਸੀਂ 15-20 ਮਿੰਟ ਬੈਠੀਆਂ ਰਹੀਆਂ, ਕੋਲ ਹੀ ਬੈਠੀਆਂ, ਘਰਾੜੇ ਮਾਰਦਾ ਰਿਹਾ, ਸੌ ਗਿਆ। ਇੱਕੋ ਤਾਂ ਮੇਰਾ ਹੱਥ ਨੀਲਾ ਫਿਰਦਾ, ਇਹਦਾ ਹੱਥ ਲਮਕਦਾ, ਮੈਂ ਕਿਹਾ ਉੱਪਰ ਰੱਖਦਾ, ਜਾਨੂੰ ਹੱਥ ਦੇਖਿਆ ਤਾਂ ਨੀਲਾ ਫਿਰ ਗਿਆ। ਡਾਕਟਰ ਨੂੰ ਬੁਲਾਇਆ ਤਾਂ ਕਹਿੰਦੇ ਹੈ ਪੰਕਜ ਸ਼ਰਮਾ, ਠੀਕ ਆ ਜੀ। ਇਹਨਾਂ ਨੂੰ ਸਿਰਫ ਅਸੀਂ ਟ੍ਰੀਟਮੈਂਟ ਲਿਸਟ ਕਰਕੇ ਲੈ ਕੇ, ਚਲੋ ਦਾਰੂ ਛੱਡ ਦੋਗੇ ਜਾਂ ਕਿੱਦਾਂ ਵੀ ਹੈ, ਠੀਕ ਆ ਜੀ। ਇਹ ਕਹਿੰਦੇ ਕੋਈ ਨਹੀਂ ਸੰਭਾਲ, ਮੈਂ ਹੈਂਡਲ ਕਰ ਲਵਾਂਗੇ, ਠੀਕ ਆ ਜੀ। ਜਦ ਇਹਨਾਂ ਨੂੰ ਪਤਾ ਹੈ ਵੀ ਉਸ ਬੰਦੇ ਨੇ ਡਰਿੰਕ ਕੀਤੀ ਹੋ, ਬ੍ਰਦਰ ਮੇਰੇ ਨੇ ਡਰਿੰਕ ਕੀਤੀ ਹੋ, ਠੀਕ ਆ ਜੀ। ਫਿਰ ਇਹਨਾਂ ਨੂੰ ਪਤਾ ਚਾਹੀਦਾ ਇੰਜੈਕਸ਼ਨ ਕਿਉਂ ਲਗਾਇਆ ਇਹਨਾਂ ਨੇ। ਉਹ ਇੰਜੈਕਸ਼ਨ ਲਗਾਇਆ, ਲਗਾਉਣ ਦੇ ਨਾਲ ਮੇਰਾ ਬ੍ਰਦਰ ਨਾਲੇ ਹੀ ਥੋੜ੍ਹੇ ਚਿਰ ਬਾਅਦ 5-10 ਮਿੰਟਾਂ ਬਾਅਦ ਨੀਲਾ ਫਿਰ ਗਿਆ, ਉਸ ਤੋਂ ਬਾਅਦ ਪੂਰਾ ਹੋ ਗਿਆ। ਉਸ ਤੋਂ ਬਾਅਦ ਭਾਈ ਅੰਦਰ ਵੀ ਨਹੀਂ, ਸਾਨੂੰ ਉਸ ਤੋਂ ਬਾਅਦ ਬਾਹਰ ਬੈਠੇ ਹਾਂ, ਸਾਨੂੰ ਇਹਨਾਂ ਨੇ ਅੰਦਰ ਨਹੀਂ ਵੜਨ ਦਿੱਤਾ। ਫਿਰ 20-25 ਮਿੰਟਾਂ ਬਾਅਦ 2 ਮੁਲਾਜ਼ਮ ਆਏ ਆ, ਪੁਲਿਸ ਮੁਲਾਜ਼ਮ ਆਏ ਆ। ਦੋ ਜਿਸ ਵੇਲੇ ਪੁਲਿਸ ਮੁਲਾਜ਼ਮ ਆਏ, ਮੇਰਾ ਮੱਥਾ ਖਰਾਬ ਹੋਇਆ, ਮੈਂ ਫਿਰ ਸ਼ੀਸ਼ਾ ਅੰਦਰ ਖੋਲ੍ਹ ਕੇ ਜ਼ਬਰਦਸਤੀ ਮੈਂ ਅੰਦਰ ਗਿਆ ਜੀ। ਫਿਰ ਉਸ ਤੋਂ ਬਾਅਦ ਕਹਿੰਦੇ ਤੁਸੀਂ ਜੋ ਕਰਨਾ ਕਰ ਲਓ, ਅੰਦਰ ਨਹੀਂ ਵੜਨ ਦਿੰਦਾ ਸਾਡਾ। ਇਹਨਾਂ ਨੇ ਮੇਰਾ ਭਰਾ ਨਿਕਾ, ਉਹਦੀ ਕੀ ਉਮਰ ਸੀ, 30 ਸਾਲ ਦੀ ਉਮਰ ਆ, ਨਿਕਾ ਜਿਹਾ ਉਹਦਾ ਬੱਚਾ ਆ, 2-3 ਸਾਲ ਦਾ ਬੱਚਾ ਛੋਟਾ ਜਿਹਾ ਆ। ਇਹਨਾਂ ਨੇ ਮੇਰੇ ਭਰਾ ਨੂੰ, ਮੇਰੇ ਬ੍ਰਦਰ ਨੂੰ ਖਤਮ ਕਰ ਦਿੱਤਾ ਹੈ। ਮੈਂ ਇਹਨਾਂ ਤੋਂ ਇਨਸਾਫ ਮੰਗਦਾ, ਬਸ ਮੈਂ ਇਨਸਾਫ ਲੈਣਾ ਚਾਹੁੰਦਾ ਇਹਨਾਂ ਤੋਂ, ਬਸ ਮੇਰੀ ਇੱਕੋ ਹੀ ਮੰਗ ਆ ਜੀ, ਨਾਲੇ ਕੋਈ ਡਰ। ਭਾਜੀ ਮੇਰਾ ਨਾਮ ਰਵੀ ਆ, ਲੁਧਿਆਣੇ ਰਹਿੰਦਾ ਆ। ਮੇਰਾ ਸਾਢੂ ਸੀਗਾ, ਇਹ ਡਰਿੰਕ ਕਰਦਾ ਹੁੰਦਾ ਸੀਗਾ, 1-2 ਪੈਗ ਲਗਾਉਂਦਾ ਸੀ ਜਦੋਂ ਇਹਨੂੰ ਕੋਈ ਥੋੜ੍ਹੀ ਬਹੁਤ ਥਕਾਵਟ ਹੁੰਦੀ ਸੀ। ਅੱਜ ਇਹਨੇ ਸਵੇਰੇ ਕਿਤੇ ਡਰਿੰਕ ਕੀਤੀ ਆ, 1 ਪੈਗ ਲਾਇਆ, ਘਰਦਿਆਂ ਨੂੰ ਕਿਹਾ ਵੀ ਮੇਰੀ ਲੱਤਾਂ ਬਾਹਾਂ ਬਹੁਤ ਦੁਖਦੀਆਂ ਨੇ। ਇਹ ਹੌਸਪੀਟਲ ਲੈ ਕੇ ਆਇਆ, ਡਾਕਟਰ ਨੂੰ ਸਾਰੀ ਗੱਲ ਦੱਸੀ ਆ ਵੀ ਉਹਦੀ ਡਰਿੰਕ ਕੀਤੀ ਹੋਈ ਆ, 1 ਪੈਗ। ਡਾਕਟਰ ਕਹਿੰਦਾ ਕੋਈ ਨਹੀਂ ਹੈਂਡਲ ਕਰ ਲਾਂਗੇ। ਡਾਕਟਰ ਨੇ ਐਡਮਿਟ ਕਰਕੇ ਸਾਨੂੰ ਨਹੀਂ ਪਤਾ ਕਿਹੜਾ ਇੰਜੈਕਸ਼ਨ ਲਾਇਆ ਕਿਹੜਾ ਨਹੀਂ। 15-20 ਮਿੰਟਾਂ ਮਗਰੋਂ ਕੁੜੀ ਦਾ ਫੋਨ ਆ ਗਿਆ, ਕਹਿੰਦੀ ਉਹ ਨੀਲਾ ਪੈ ਗਿਆ ਸਾਰਾ। ਹੁਣ ਵੀ ਤੁਸੀਂ ਅੰਦਰ ਜਾ ਕੇ ਦੇਖ ਲਓ, ਉਹਦੀ ਡੈੱਡ ਬੋਡੀ, ਉਹਦੇ ਹੱਥ ਪੈਰ ਸਾਰੇ ਨੀਲੇ ਪਏ ਆ, ਸਰੀਰ ਠੰਡਾ ਪਿਆ ਬਿਲਕੁਲ, ਮੁੰਡੇ ਦੇ ਸਾਰੇ ਹੱਥ ਪੈਰ ਨੀਲੇ ਪਏ ਆ, ਮੂੰਹ ਨੀਲਾ ਪੈ ਰਿਹਾ ਉਹਦਾ। ਡਾਕਟਰ ਕਹਿੰਦਾ ਜੋ ਕਰਨਾ ਕਰ ਲਓ, ਕਹਿੰਦਾ ਅਸੀਂ ਤਾਂ ਟ੍ਰੀਟਮੈਂਟ ਕੀਤਾ ਸੀ, ਸਾਨੂੰ ਕੀ ਪਤਾ ਇਹ ਹੋਣਾ ਆ। ਦੱਸੋ ਮੰਗ ਇਹ ਕਹਿੰਦੇ ਡਾਕਟਰ ਦੇ ਬਣਦੀ ਕਾਰਵਾਈ ਹੋਵੇ, ਪਤਾ ਤਾਂ ਲੱਗੇ ਵੀ ਉਹਨੇ ਕੀਤਾ ਕੀ, ਇੰਜੈਕਸ਼ਨ ਕਿਹੜਾ ਲਾਇਆ, ਵੀ ਜਿਹਦੇ ਨਾਲ ਮੁੰਡਾ ਹੀ ਨੀਲਾ ਪੈ ਗਿਆ। ਚੰਗਾ ਭਲਾ ਬੰਦਾ, 30-31 ਸਾਲ ਦੀ ਉਮਰ ਹੈ, ਜਵਾਨ। ਮੈਂ ਪਹਿਲ ਦੇ ਆਧਾਰ 'ਤੇ ਜੀ ਇਹਨਾਂ ਦਾ ਟ੍ਰੀਟਮੈਂਟ ਸ਼ੁਰੂ ਕਰ ਦਿੱਤਾ, ਇਲਾਜ ਸ਼ੁਰੂ ਹੋ ਗਿਆ, ਟੈਸਟ ਹੋਣੇ ਚੱਲ ਗਏ। ਮੇਨ ਟਾਈਮ ਹੀ ਰਿਪੋਰਟਾਂ ਆਈਆਂ ਨਹੀਂ ਸੀਗੀਆਂ, ਪੇਸ਼ੈਂਟ ਜਿਹੜਾ ਸੀਗਾ ਉਹਦੇ ਅਟੈਂਡੈਂਟਸ ਜਿਹੜੇ ਸੀਗੇ ਉਹਨਾਂ ਨੇ ਐਮਰਜੈਂਸੀ 'ਚ ਰੌਲਾ ਪਾ ਦਿੱਤਾ। ਮੈਂ ਜਾ ਕੇ ਦੇਖਿਆ ਤਾਂ ਮਰੀਜ਼ ਦੇ ਮੂੰਹ 'ਚੋਂ ਝੱਗ ਆ ਰਹੀ ਸੀ। ਇਹ ਹੈ ਕਿ ਪੇਸ਼ੈਂਟ ਜਿਹੜਾ ਹੈ ਉਹ ਕਾਰਡੀਅਕ ਅਰੈਸਟ ਨਾਲ ਉਹਦੀ ਡੈਥ ਹੋ ਗਈ। ਜਦ ਜਿੱਥੇ ਤੱਕ ਟੀਕੇ ਦਾ ਸਵਾਲ ਹੈ, ਦੇਖੋ ਜੀ ਕੋਈ ਵੀ ਦਵਾਈ ਜਿਹੜੀ ਹੈ ਉਹ ਡਰੱਗ ਕੰਟਰੋਲ ਪਾਸ ਕਰਕੇ ਸਾਡੇ ਕੋਲ ਭੇਜਦਾ ਹੈ। ਮੈਂ ਮੈਡੀਸਨ ਦਾ ਡਾਕਟਰ ਹਾਂ, ਮੇਰੇ ਹਿਸਾਬ ਨਾਲ ਕੋਈ ਵੀ ਦਵਾਈ ਮਰੀਜ਼ ਨੂੰ ਐਸੀ ਨਹੀਂ ਲਾਈ ਗਈ ਜਿਹਦੇ ਨਾਲ ਉਹਦਾ ਮਰੀਜ਼ ਦਾ ਜਿਹੜਾ ਹੈ ਸਰੀਰ ਨੀਲਾ ਪਵੇ ਜਾਂ ਟੀਕਾ ਕੋਈ ਮੈਡੀਸਨ ਦਾ ਡਾਕਟਰ ਜਿਹੜਾ MD ਮੈਡੀਸਨ ਹੈ ਉਹ ਟੀਕਾ ਕੋਈ ਮਰੀਜ਼ ਨੂੰ ਗਲਤ ਲਾ ਦੇ। ਇਹ ਸਾਨੂੰ ਪਤਾ ਲੱਗਾ ਸੀਗਾ ਕਿ ਪੰਕਜ ਨਾਂ ਦਾ ਵਿਅਕਤੀ ਆ ਗੜ੍ਹਸ਼ੰਕਰ ਦਾ,
ਉਹ ਕਿਤੇ ਬਿਮਾਰ ਸੀ, ਸਵੇਰੇ ਨੂੰ ਰਮਨਦੀਪ ਹੋਸਪਿਟਲ ਦਾਖਲ ਕਰਾਇਆ ਸੀਗਾ ਚੰਡੀਗੜ੍ਹ ਰੋਡ ਦੇ ਉੱਤੇ। ਉਹਦੀ ਡਿਊਰਿੰਗ ਜਿਹੜੀ ਆ ਆਪਣੇ ਇਲਾਜ ਦੀ ਮੌਤ ਹੋ ਗਈ ਆ। ਹੁਣ ਘਰ ਵਾਲਿਆਂ ਦਾ ਇਹਨਾਂ ਦਾ ਇਹ ਆ ਵੀ ਕਿ ਇਹਨਾਂ ਨੇ ਡਾਕਟਰ ਸਾਹਿਬ ਦੀ ਨਿਗੇਲੀ ਨਾਲ ਸਾਡਾ ਬੰਦਾ ਮਰਿਆ। ਅਸੀਂ ਉਹਨਾਂ ਦੀ ਡੈੱਡ ਬੋਡੀ ਆਪਣੇ ਲੈ ਕੇ ਕਬਜ਼ੇ ਦੇ ਵਿੱਚ ਉਹਦਾ ਪੋਸਟਮਾਰਟਮ ਕਰਾ ਕੇ ਪਤਾ ਕਰਾਂਗੇ ਵੀ ਜੇ ਡਾਕਟਰ ਦੀ ਨਿਗੇਲੀ ਹੋਊਗੀ ਆਪਾਂ ਡਾਕਟਰ 'ਤੇ ਪਰਚਾ ਦੇਵਾਂਗੇ।